The internet is full of bro science, fake knowledge, half information or propaganda. Your quest of reliable, authentic health information ends here. So subscribe this channel and hit the bell icon and you never have to go anywhere else ever again. ਇਸ ਵਕਤ ਮੈਂ ਦਿੱਲੀ ਤੋਂ ਵਿਸ਼ੇਸ਼ ਕਰਕੇ ਜਿਨ੍ਹਾਂ ਤੁਸੀਂ ਵੀਡੀਓ ਵੀ ਬਹੁਤ ਦੇਖੇ ਹੋਣੇ ਨੇ ਡਾਕਟਰ ਐਜੂਕੇਸ਼ਨ ਸਰਦਾਰ ਪਰਮਜੀਤ ਸਿੰਘ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਕਿਉਂਕਿ ਉਹਨਾਂ ਦੀ ਜਦੋਂ ਮੈਂ ਯੂਟਿਊਬ ਦੇਖ ਰਿਹਾ ਸਾਂ ਮੈਨੂੰ ਕਾਫ਼ੀ ਅੱਛਾ ਲੱਗਾ ਕਿ ਕੋਲਡ ਫਲੂ ਅਤੇ ਕਰੋਨਾ ਇਹਨਾਂ ਦਾ ਆਪਸੀ ਸੰਬੰਧ ਕੀ ਹੈ ਇਸ ਸੰਬੰਧ ਵਿੱਚ ਡਾਕਟਰ ਪਰਮਜੀਤ ਸਿੰਘ ਪ੍ਰੋਗਰਾਮ ਦਿਲਾਂ ਦੀ ਸਾਂਝ ਦੇ ਵਿੱਚ ਮੇਰੇ ਨਾਲ ਸ਼ਾਮਿਲ ਹੋ ਰਹੇ ਨੇ ਆ ਉਹਨਾਂ ਨਾਲ ਪਹਿਲੇ ਸਰੀਰ ਗੱਲਬਾਤ ਕਰਦੇ ਹਾਂ ਡਾਕਟਰ ਸਭ ਤੋਂ ਪਹਿਲਾਂ ਪ੍ਰੋਗਰਾਮ ਦਿਲਾਂ ਦੀ ਸਾਂਝ ਕੇ ਆਰ ਪੀ ਆਈ ਰੇਡੀਓ 1550 AM ਬੈਂਡ ਤੇ ਤੁਹਾਡਾ ਦਿੱਲੀ ਐਂਡ ਰੇਡੀਓ ਵਿੱਚ ਸਵਾਗਤ ਹੈ ਥੈਂਕ ਯੂ ਜੀ ਥੈਂਕ ਯੂ ਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਡਾਕਟਰ ਜਿਹੜਾ ਇਹ ਕਰੋਨਾ ਦਾ ਡਰ ਕਿਉਂਕਿ ਇਸ ਵੇਲੇ ਪੂਰਾ ਭਾਰਤ ਹੈ ਜਿਹੜਾ ਲੋਕਡਾਊਨ ਕੀਤਾ ਹੋਇਆ ਸਰਹੱਦਾਂ ਸੀਲ ਕਰ ਦਿੱਤੀਆਂ ਨੇ ਤੇ ਖਾਸ ਕਰਕੇ ਇੰਡੀਆ ਦੇ ਵਿੱਚ ਕਿਉਂਕਿ ਉਸ ਮਿੱਟੀ ਦੇ ਵਿੱਚ ਅਸੀਂ ਜੰਮੇ ਹਾਂ ਉੱਥੇ ਖੇਡੇ ਹਾਂ ਉੱਥੇ ਪਲੇ ਹਾਂ ਤੇ ਸਾਨੂੰ ਹਮੇਸ਼ਾ ਭਾਵੇਂ ਸਭ ਸਮੁੰਦਰੋਂ ਪਾਰ ਆ ਗਏ ਹਾਂ ਪਰ ਫਿਰ ਵੀ ਸਾਨੂੰ ਉੱਥੇ ਦੀ ਹਮੇਸ਼ਾ ਚਿੰਤਾ ਰਹਿੰਦੀ ਹੈ ਇਸ ਤੋਂ ਪਹਿਲਾਂ ਕਿ ਮੈਂ ਸਿਰਫ ਘਰ ਦੀ ਗੱਲਬਾਤ ਕਰਾਂ ਓਵਰਆਲ ਥੋੜਾ ਜਿਹਾ ਕਰੋਨਾ ਵਾਇਰਸ ਹੈ ਕਿ ਇਹਦੇ ਕੀ ਸਿਮਟਮ ਨੇ ਕਿਵੇਂ ਅਸੀਂ ਬਚਣਾ ਹੈ ਇਸ ਬਾਬਤ ਮੈਂ ਗੱਲਬਾਤ ਕਰਨੀ ਚਾਹੁੰਦਾ ਤੁਹਾਡੇ ਨਾਲ ਜੀ ਬਿਲਕੁਲ ਬਿਲਕੁਲ ਦੇਖੋ ਜੀ ਫਲੂ ਤਾਂ ਸਾਰਿਆਂ ਨੂੰ ਹੁੰਦਾ ਹੀ ਆ ਜਿਹਨੇ ਵੀ ਹੈਗੇ ਆ ਪੂਰੀ ਦੁਨੀਆਂ ਦੇ ਲੋਕੀ ਉਹਨਾਂ ਨੂੰ ਅੱਜ ਨਹੀਂ ਤੇ ਕੱਲ ਸਰਦੀ ਖਾਂਸੀ ਫਲੂ ਤੇ ਹੁੰਦਾ ਹੀ ਹੈ ਤੇ ਉਹਨਾਂ ਨੂੰ ਪਤਾ ਹੈ ਕਿ ਨਾਰਮਲ ਫਲੂ ਕੀ ਹੁੰਦਾ ਹੈ ਇਹ ਕੋਰੋਨਾ ਵਾਇਰਸ ਹੈਗਾ ਸੀ ਆਪਣਾ ਫਲੂ ਦਾ ਹੀ ਵਾਇਰਸ ਜਿਹੜਾ ਕਿ ਹਰ ਇਹ ਮਿਊਟੇਟ ਹੋ ਜਾਂਦਾ ਹੁਣ ਜਾਨਵਰ ਦਾ ਵੀ ਫਲੂ ਹੁੰਦਾ ਹੈ ਆਪਾਂ ਜਾਨਵਰ ਨੂੰ ਵੀ ਦੇਖਿਆ ਹੈ ਉਹਨੂੰ ਵੀ ਸਰਦੀ ਹੁੰਦੀ ਹੈ ਉਹ ਵੀ ਛੀਕਦਾ ਤੇ ਆਪਾਂ ਤਾਂ ਫਿਰ ਵੀ ਦਵਾਈ ਖਾ ਲੈਂਦੇ ਉਹਨਾਂ ਵਾਸਤੇ ਦਵਾਈ ਨਹੀਂ ਹੁੰਦੀ ਪਰ ਉਹ ਠੀਕ ਹੋ ਜਾਂਦੇ ਆ ਤੇ ਇਹ ਵਾਲਾ ਜਿਹੜਾ ਕੋਰੋਨਾ ਵਾਇਰਸ ਆ ਇਹ ਨਾਰਮਲੀ ਜਾਨਵਰਾਂ 'ਚ ਪਾਇਆ ਜਾਂਦਾ ਸੀਗਾ ਤੇ ਹੁਣ ਇਹ ਮਿਊਟੇਟ ਹੋ ਗਿਆ ਹੈ ਮਿਊਟੇਟ ਹੋ ਕੇ ਇਹਨੇ ਇਨਸਾਨਾਂ ਨੂੰ ਇਹ ਇਨਸਾਨ ਵਿੱਚ ਆ ਗਿਆ ਠੀਕ ਹੈ ਨਾਰਮਲੀ ਜਾਨਵਰਾਂ ਦੇ ਜਿਹੜੇ ਵਾਇਰਸ ਨੇ ਜਦੋਂ ਇਨਸਾਨ 'ਚ ਆਉਂਦੇ ਨੇ ਉਹ ਇਨਸਾਨ ਨੂੰ ਇਨਫੈਕਟ ਨਹੀਂ ਕਰ ਪਾਉਂਦੇ ਕਿਉਂਕਿ ਉਹਨਾਂ ਦੇ ਉੱਤੇ ਰਿਸੈਪਟਰ ਨਹੀਂ ਹੁੰਦੇ ਜਿਹੜੇ ਇਨਸਾਨ ਦੇ ਸੈੱਲ ਦੇ ਅੰਦਰ ਚਲ ਜਾਣਗੇ ਤਾਂ ਇਸ ਵਾਲੇ ਮਿਊਟੇਟਡ ਕੋਰੋਨਾ ਵਾਇਰਸ ਦੇ ਵਿੱਚ ਕੀ ਹੋਇਆ ਹੈ ਕਿ ਉਹਦਾ ਰਿਸੈਪਟਰ ਮੈਚ ਕਰ ਗਿਆ ਵਾ ਤਾਂ ਕਿ ਇਹ ਫਿਰ ਇਨਸਾਨ ਦੇ ਅੰਦਰ ਗਿਆ ਹੈ ਤਾਂ ਇਨਸਾਨ ਨੂੰ ਇਨਫੈਕਟ ਕਰ ਗਿਆ ਉਹਨਾਂ ਦੇ ਲੰਗਸ ਦੇ ਐਪੀਥੀਲੀਅਲ ਸੈੱਲਸ ਦੇ ਅੰਦਰ ਚਲਾ ਜਾਂਦਾ ਹੈ ਤੇ ਉੱਥੇ ਫਿਰ ਇਹ ਆਪਣੇ ਮਲਟੀਪਲੀਕੇਸ਼ਨ ਕਰਨੀ ਸ਼ੁਰੂ ਕਰ ਦਿੰਦਾ ਤੇ ਇਹੀ ਕੰਮ ਵੈਸੇ ਨਾਰਮਲ ਫਲੂ ਵੀ ਕਰਦਾ ਸੀ ਇਹੀ ਕੰਮ ਦੂਜਾ ਵਾਇਰਸ ਵੀ ਕਰਦਾ ਆਹ ਵਾਇਰਸ ਵੀ ਕੋਰੋਨਾ ਵੀ ਕਰਦਾ ਪ੍ਰੋਬਲਮ ਕੀ ਆ ਪ੍ਰੋਬਲਮ ਇਹ ਹੈ ਕਿ ਇਹ ਨਵਾਂ ਵਾਇਰਸ ਆ ਤੇ ਕਈ ਵਾਰੀ ਵਾਇਰਸ ਦੀ ਸਪੀਡ ਡਬਲ ਹੁੰਦੀ ਵਾਇਰਸ ਦੀ ਸਪੀਡ ਜਿਹੜੀ ਕਿਉਂਕਿ ਇੱਕ ਤੋਂ ਦੋ ਤੋਂ ਚਾਰ ਇਹ ਤੋਂ ਫਿਰ ਹਜ਼ਾਰ ਹਜ਼ਾਰ ਤੋਂ 10,000 ਉਹ ਤੋਂ ਫਿਰ ਲੱਖ ਕਰੋੜਾਂ ਤੇ ਤੁਹਾਡਾ ਜਦੋਂ ਸਰੀਰ ਵਾਇਰਸ ਤੋਂ ਭਰਦਾ ਜਾਂਦਾ ਹੈ ਇਹ ਜਿਹੜਾ ਇਹ ਉਹਦੇ ਬਾਅਦ ਵਾਇਰਸ ਸਿਮਟਮ ਦਿਖਾਉਂਦਾ ਤਾਂ ਨਾਰਮਲ ਫਲੂ ਦਾ ਜਿਹੜਾ ਮਲਟੀਪਲੀਕੇਸ਼ਨ ਦੀ ਸਪੀਡ ਆ ਉਸ ਤੋਂ ਇਸ ਕੋਰੋਨਾ ਵਾਇਰਸ ਦੀ ਸਪੀਡ ਕਾਫੀ ਜ਼ਿਆਦਾ ਹੈ ਤੁਹਾਡੇ ਅੰਦਰ ਮਲਟੀਪਲਾਈ ਹੋਣ ਦੀ ਤੇ ਬਾਹਰ ਵੀ ਲੋਕਾਂ ਨੂੰ ਇਨਫੈਕਟ ਕਰਨ ਦੀ ਜਿਹੜੀ ਟਰਾਂਸਮਿਸ਼ਨ ਰੇਟ ਹੈ ਟਰਾਂਸਮਿਸ਼ਨ ਸਪੀਡ ਹੈ ਉਹ ਬਹੁਤ ਜ਼ਿਆਦਾ ਤਾਂ ਕਰਕੇ ਇਹਦੇ ਕਰਕੇ ਬਹੁਤ ਜ਼ਿਆਦਾ ਜਿਹੜੇ ਵਲਨਰੇਬਲ ਲੋਕੀ ਨੇ ਜਿਹੜੇ ਆਲਰੇਡੀ ਬਿਮਾਰ ਨੇ ਜਿਹਨਾਂ ਨੂੰ ਡਾਕਟਰਾਂ ਨੂੰ ਜਿਹੜੇ ਡਾਕਟਰਾਂ ਨੇ ਜਿਹਨਾਂ ਨੂੰ ਮਤਲਬ ਬਚਾ ਰੱਖਿਆ ਵਾ ਉਹ ਲੋਕੀ ਇਸ ਬਿਮਾਰੀ ਨੂੰ ਬਹੁਤ ਜ਼ਿਆਦਾ ਰਿਐਕਟ ਕਰਦੇ ਨੇ ਬਹੁਤ ਜ਼ਿਆਦਾ ਇਨਫੈਕਟ ਹੋ ਜਾਂਦੇ ਨੇ ਤੇ ਹਸਪਤਾਲ ਪਹੁੰਚ ਜਾਂਦੇ ਨੇ ਫਿਰ ਕੰਪਲੀਕੇਸ਼ਨ ਹੋ ਜਾਂਦੇ ਨੇ ਬੇਸਿਕਲੀ ਕੰਪਲੀਕੇਸ਼ਨ ਸਿਰਫ ਇਸੇ ਕਰਕੇ ਹੋ ਰਹੇ ਨੇ ਕਿਉਂਕਿ ਇਹ ਬਹੁਤ ਜਲਦੀ ਫੈਲਣ ਵਾਲੀ ਬਿਮਾਰੀ ਆ ਤੇ ਜਿੰਨੇ ਜ਼ਿਆਦਾ ਲੋਕਾਂ ਤੇ ਫੈਲੇਗੀ ਉਹਨੇ ਜ਼ਿਆਦਾ ਕੰਪਲੀਕੇਸ਼ਨ ਹੋਣਗੇ ਤੇ ਦੂਜਾ ਇੱਕ ਸਿਨਾਰੀਓ ਆਪਾਂ ਆਹ ਦੇਖ ਲਿਆ ਕਿ ਇੱਕ ਓਲਡ ਡੈਬਿਲਟੇਟਿਡ ਵਲਨਰੇਬਲ ਪਰਸਨ ਆ ਜਿਹਨੂੰ ਆਲਰੇਡੀ ਬਿਮਾਰੀ ਆ ਚਾਹੇ ਉਹਨੂੰ ਹਾਰਟ ਦੀ ਬਿਮਾਰੀ ਆ ਜਾਂ ਡਾਇਬਿਟੀਜ਼ ਆ ਜਾਂ ਇਹੋ ਜਿਹੀ ਕੋਈ ਵੀ ਕਰੋਨਿਕ ਬਿਮਾਰੀ ਆ
ਕਿਉਂਕਿ ਬਿਮਾਰ ਤਾਂ ਸਾਰੇ ਹੁੰਦੇ ਆ, ਮਾੜੇ ਦੋ ਚਾਰ ਦਿਨ ਵਾਸਤੇ ਜਾਂ ਹਫ਼ਤਾ ਦੋ ਹਫ਼ਤੇ ਵਾਸਤੇ ਫਿਰ ਦਵਾਈ ਲੈ ਕੇ ਠੀਕ ਹੋ ਜਾਂਦੇ ਆ, ਪਰ ਕ੍ਰੋਨਿਕ ਬਿਮਾਰੀ ਜਿਹੜੀ ਆ ਉਹ ਚੀਜ਼ ਤੁਹਾਡੇ ਸਰੀਰ ਤੋਂ ਬਹੁਤ ਜ਼ਿਆਦਾ ਡੈਮੇਜ ਕਰਦੀ ਆ, ਤੇ ਉਹਨਾਂ ਲੋਕਾਂ ਲਈ ਆ ਬਿਮਾਰੀ ਡੇਂਜਰਸ ਆ। ਦੈਟਸ ਵਾਈ ਜਦੋਂ ਵੀ ਕੋਈ ਵੀ ਕੰਟਰੀ ਜਾਂ ਕੋਈ ਵੀ ਸੋਸਾਇਟੀ ਪ੍ਰੀਵੈਂਸ਼ਨ ਨਹੀਂ ਕਰੂਗੀ, ਜਿੱਦਾਂ ਇਟਲੀ ਚ ਹੋਇਆ, ਉਹ ਚੀਜ਼ ਬਿਕੋਜ਼ ਉਹਨਾਂ ਨੇ ਉਹ ਪ੍ਰੀਵੈਂਟਿਵ ਸਟੈਪਸ ਨਹੀਂ ਲੈ ਪਾਏ ਜਾਂ ਫਿਰ ਉਹ ਛੇਤੀ ਫੈਲ ਗਿਆ, ਤਾਂ ਫਿਰ ਉੱਥੇ ਇੰਨੀ ਸਾਰੀ ਡੈਥ ਹੋਈ। ਜੇ ਤੁਸੀਂ ਇਟਲੀ ਦੀ ਵੀ ਦੇਖੋਗੇ ਤਾਂ ਡੈਥ ਵਿੱਚ ਜ਼ਿਆਦਾਤਰ ਆਈ ਥਿੰਕ 60% ਇਜ਼ ਅਬਵ 80%, 80 ਈਅਰਸ, 80 ਸਾਲ ਦੀ ਉਮਰ 50-60% ਲੋਕੀ ਨੇ, 60 ਸਾਲ ਦੇ ਉੱਪਰ ਕੁਛ 25-30% ਲੋਕੀ ਨੇ। ਐਵਰੀ ਡੇ ਦਾ ਸਟੈਟਿਸਟਿਕਸ ਚੇਂਜਸ, ਬਟ ਬੇਸਿਕਲੀ ਹੋ ਇਹੀ ਰਿਹਾ। ਤਾਂ ਆਹ ਵਾਇਰਸ ਸਰਦੀ ਵਾਂਗੂ ਅੰਦਰ ਜਾਂਦਾ, ਟ੍ਰੀਟਮੈਂਟ ਵੀ ਸਰਦੀ ਵਾਂਗੂ ਹੀ ਆ। 80-90% ਲੋਕਾਂ ਨੂੰ ਟ੍ਰੀਟਮੈਂਟ ਦੀ ਲੋੜ ਨਹੀਂ ਪੈਣੀ ਕਿਉਂਕਿ ਉਹਨਾਂ ਦਾ ਇਮਿਊਨ ਸਿਸਟਮ ਠੀਕ ਆ, ਲੇਕਿਨ ਕੁਛ ਲੋਕਾਂ ਨੂੰ ਜਿਹਨਾਂ ਦਾ ਇਮਿਊਨ ਸਿਸਟਮ ਠੀਕ ਨਹੀਂ ਆ, ਜਿਹਨਾਂ ਨੂੰ ਆਲਰੇਡੀ ਦੂਜੀ ਬਿਮਾਰੀ ਆ, ਤੇ ਅਸੀਂ ਉਹਨਾਂ ਨੂੰ ਆਲਰੇਡੀ ਯੂਨੋ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਹਸਪਤਾਲ ਪਹੁੰਚਦੇ ਨੇ ਜਿਹੜੇ ਸਮੋਕਿੰਗ ਕਰਦੇ ਨੇ, ਜਿਹੜੇ COPD ਦੇ ਪੇਸ਼ੈਂਟਸ ਨੇ, ਜਿਹਨਾਂ ਦੇ ਲੰਗ ਦੀ ਬਿਮਾਰੀ ਆ, ਕਿਸੇ ਨੂੰ ਲੰਗ ਕੈਂਸਰ ਹੈ, ਕਿਸੇ ਨੂੰ ਹੋਰ ਕੁਛ ਹੈ, ਉਹਨਾਂ ਨੂੰ ਬਹੁਤ ਮੇਜਰ ਰਿਸਕ ਆ ਇਸ ਬਿਮਾਰੀ ਨਾਲ। ਤੇ ਇਹੋ ਜਿਹੀ ਕੁਛ ਨਹੀਂ ਹੈ ਕਿ ਇਹ ਨਵੀਂ ਬਿਮਾਰੀ ਆ, ਬਿਲਕੁਲ ਇਹੋ ਜਿਹੀ ਹੀ ਸੇਮ ਟੂ ਸੇਮ ਸਵਾਈਨ ਫਲੂ H1N1 ਆਈ ਸੀ, ਜਿਹਦੇ ਕਰਕੇ ਬਹੁਤ ਸਾਰੇ ਲੋਕਾਂ ਨੇ ਆਪਣੀ ਜਾਨ ਗਵਾਈ ਸੀ, ਤੇ ਹਰ ਸਾਲ ਗਵਾਉਂਦੇ ਨੇ। ਪਰ ਇਹ ਬਿਮਾਰੀ ਨੂੰ ਲਾਈਮ ਲਾਈਟ ਇਸ ਕਰਕੇ ਮਿਲ ਰਹੀ ਹੈ ਕਿਉਂਕਿ ਇਹ ਕਰੰਟ 'ਚ ਹੈਗੀ ਆ, ਇਸ ਵੇਲੇ ਪੈਂਡਮਿਕ ਹੈਗੀ ਆ, ਤੇ ਇਸ ਵੇਲੇ ਚਾਈਨਾ ਦੇ ਵਿੱਚ, ਇਟਲੀ ਦੇ ਵਿੱਚ ਕਾਫੀ ਸਾਰੇ ਲੋਕਾਂ ਨੇ ਆਪਣੀ ਜਾਨ ਗਵਾਈ, ਤਾਂ ਕਰਕੇ ਇਹਨੂੰ ਲਾਈਮ ਲਾਈਟ ਮਿਲ ਰਹੀ ਹੈ। ਮਤਲਬ ਡੇਂਜਰਸ ਹੈ ਓਨੀ ਹੀ ਹੈਗੀ ਹੈ ਜਿਹੜੇ ਸਵਾਈਨ ਫਲੂ 'ਚ ਹੈ। ਜੇ ਅੱਜ ਦੇ ਡੇਟ ਦੇ ਵਿੱਚ ਕਿਸੇ ਓਲਡ ਵਲਨਰੇਬਲ ਪਰਸਨ ਨੂੰ ਸਵਾਈਨ ਫਲੂ ਹੋਏਗਾ ਤੇ ਦੂਜੇ ਨੂੰ ਕੋਰੋਨਾ ਵਾਇਰਸ ਹੋਗਾ, ਦੋਵਾਂ ਦੇ ਸੇਮ ਚਾਂਸਿਸ ਨੇ ਕੰਪਲੀਕੇਸ਼ਨ ਆਉਣ ਦੇ। ਇਹਦੇ ਵਿੱਚ ਡਾਕਟਰ ਆਮ ਕਰਕੇ ਜਿਹੜੇ ਵਿਅਕਤੀ ਨੂੰ ਇਹ ਹੋ ਰਿਹਾ ਕੋਰੋਨਾ ਵਾਇਰਸ, ਪਹਿਲਾਂ ਸਿੰਪਟਮ ਨੂੰ ਪਤਾ ਨਹੀਂ ਲੱਗਦੇ ਕਿਉਂਕਿ ਬਾਅਦ ਦੇ ਵਿੱਚ ਜਦੋਂ ਹੁੰਦਾ ਤੇ ਇੱਕਦਮ ਵਿਅਕਤੀ ਨੂੰ ਉਠਾ ਲੈਂਦਾ, ਇਹਦੇ ਵਾਸਤੇ ਕਿਵੇਂ ਪਤਾ ਲੱਗੇ ਆਮ ਵਿਅਕਤੀ ਦਾ ਕਿਹੜੇ ਕਿਹੜੇ ਸਿੰਪਟਮ ਨੇ, ਜਿੱਥੋਂ ਨਿਸ਼ਾਨੀਆਂ ਉਹਦੀਆਂ ਪਤਾ ਲੱਗ ਸਕਣ ਕਿ ਇਹਨੂੰ ਇਹ ਵਾਇਰਸ ਹੋਣ ਜਾ ਰਿਹਾ ਜਾਂ ਵਾਇਰਸ ਦੇ ਅੰਦਰ ਸਰੀਰ ਦੇ ਅੰਦਰ ਪਹੁੰਚ ਚੁੱਕਾ ਹੈ? ਦੇਖੋ ਜੀ, ਸਭ ਤੋਂ ਪਹਿਲੇ ਤੇ ਸਿੰਪਟਮ ਇਸਦੇ ਬਿਲਕੁਲ ਸਰਦੀ ਦੇ ਫਲੂ ਦੇ ਵਰਗੇ ਆ। ਤੁਹਾਨੂੰ ਥੋੜਾ ਜਿਹਾ ਕੋਲਡ ਹੋਏਗਾ, ਖਾਂਸੀ ਆਏਗੀ, ਕਫ ਹੋਏਗਾ, ਥੋੜਾ ਜਿਹਾ ਨੱਕ ਬੰਦ ਹੋ ਸਕਦਾ ਹੈ, ਨੱਕ ਬਹਿ ਸਕਦਾ ਹੈ, ਮਾੜਾ ਜਿਹਾ ਬੁਖਾਰ ਹੋ ਸਕਦਾ ਹੈ, ਤੇ ਇਹ ਬਿਲਕੁਲ ਹੋ ਸਕਦਾ ਹੈ। ਇਹ ਸਿੰਪਟਮਸ ਆਉਣ ਨੂੰ ਵੀ 7-14 ਦਿਨ ਲੱਗ ਜਾਣ ਜਦੋਂ ਤੁਹਾਡੇ ਅੰਦਰ ਵਾਇਰਸ ਚੱਲ ਜਾਏਗਾ ਉਹਦੇ ਬਾਅਦ, ਠੀਕ ਹੈ। ਪਰ ਇਸ ਵਾਇਰਸ ਦਾ ਜਿਹੜਾ ਹਿਸਾਬ ਆ, ਇਹ ਵਾਇਰਸ ਤੁਹਾਡੇ ਸਰੀਰ ਦੇ ਅੰਦਰ ਇੰਨੀ ਛੇਤੀ ਮਲਟੀਪਲਾਈ ਕਰਦਾ ਹੈ ਉੱਥੇ ਵੀ, ਕਿ ਜਦੋਂ ਸਿੰਪਟਮਸ ਆਉਂਦੇ ਆ ਤਾਂ ਸਿੰਪਟਮਸ ਵੱਧਦੇ ਜਾਂਦੇ ਆ। ਇਹ ਸਿਰਫ ਨੋਰਮਲ ਸਰਦੀ ਵਾਂਗੂ ਨਹੀਂ ਰਹਿੰਦਾ ਕਿ ਤੁਹਾਨੂੰ ਮਾੜਾ ਮੋਟੇ ਸਿੰਪਟਮਸ ਹੋਣਗੇ ਤੇ ਤੁਸੀਂ ਆਪਣੀ ਨੋਰਮਲ ਐਂਟੀਹਿਸਟਾਮੀਨ ਜਾਂ ਨੋਰਮਲ ਫਲੂਇਡ, ਨੋਰਮਲ ਹੋਮ ਹਾਊਸ ਹੋਲਡ ਕੇਅਰ ਕਰਕੇ ਠੀਕ ਹੋ ਜਾਂਦੇ ਹੋ, ਜਾਂ ਥੋੜੀ ਜਿਹੀ ਅਦਰਕ ਵਾਲੀ ਚਾਹ ਪੀ ਕੇ ਠੀਕ ਹੋ ਜਾਂਦੇ ਹੋ। ਇਸ ਬਿਮਾਰੀ ਦੇ ਵਿੱਚ ਚਾਂਸਿਸ ਹੁੰਦੇ ਆ ਕਿ ਤੁਹਾਨੂੰ ਜਿਹੜੀ ਬਿਮਾਰੀ ਆ, ਜਿਹੜਾ ਸਿੰਪਟਮ ਆ ਰਹੇ ਨੇ, ਉਹ ਵੱਧਦੇ ਜਾਣਗੇ। ਤਾਂ ਇਸ ਬਿਮਾਰੀ ਦੇ ਵਿੱਚ ਤੁਹਾਨੂੰ ਸਿਰਫ ਇਹ ਦੇਖਣਾ ਹੈ ਕਿ ਆਰ ਯੋਰ ਸਿੰਪਟਮਸ ਇਨਕਰੀਜ਼ਿੰਗ, ਤੁਹਾਨੂੰ ਆਪਣੇ ਸਿੰਪਟਮਸ ਨੂੰ ਟਰੈਕ ਕਰਨਾ ਹੈ ਡੇਲੀ ਬੇਸਿਸ ਤੇ। ਅੱਜ ਤੁਹਾਨੂੰ ਮਾੜਾ ਜਿਹਾ ਹੈਡੇਕ ਹੋਇਆ, ਕੱਲ ਹੈਡੇਕ ਵੱਧ ਰਿਹਾ ਜਾਂ ਘੱਟ ਹੋ ਰਿਹਾ, ਅੱਜ ਤੁਹਾਡੇ ਸਾਹ ਨਹੀਂ ਫੁੱਲ ਰਿਹਾ, ਕੱਲ ਸਾਹ ਫੁੱਲਣ ਲੱਗਿਆ ਜਾਂ ਨਹੀਂ ਫੁੱਲਣ ਲੱਗਿਆ, ਇਸ ਤਰ੍ਹਾਂ ਤੁਹਾਨੂੰ ਹਰੇਕ ਸਿੰਪਟਮ ਨੂੰ 1-10 ਗ੍ਰੇਡ ਦੇਣਾ ਚਾਹੀਦਾ ਹੈ ਇੱਕ ਇੰਡੀਵਿਜੁਅਲ ਪਰਸਨ ਦੇ ਵਿੱਚ, ਤੇ ਆਪਣੇ ਡਾਕਟਰ ਦੇ ਨਾਲ ਟੱਚ ਵਿੱਚ ਰਹਿਣਾ ਚਾਹੀਦਾ ਹੈ। ਨੋਰਮਲੀ ਤੁਸੀਂ ਨੋਰਮਲ ਫਲੂ ਦੇ ਸਿੰਪਟਮ ਲੈ ਕੇ ਦੁਨੀਆ ਦੇ ਕਿਸੇ ਵੀ ਡਾਕਟਰ ਦੇ ਕੋਲ ਜਾਓਗੇ, ਉਹ ਤੁਹਾਨੂੰ ਦੱਸੇਗਾ ਕਿ ਵੀ ਡੋਂਟ ਵਰੀ, ਰਿਲੈਕਸ, ਹੋ ਸਕਦਾ ਹੈ ਇਹ ਸਵਾਈਨ ਫਲੂ, ਇਹ ਕੋਰੋਨਾ ਵਾਇਰਸ ਹੋਈ ਨਾ, ਤੇ ਹੋਏਗਾ ਵੀ ਤਾਂ ਵੀ ਹੋ ਸਕਦਾ ਹੈ ਤੁਹਾਨੂੰ ਕੋਈ ਦਿੱਕਤ ਨਾ ਆਏ, ਤੁਹਾਨੂੰ ਹੋਸਪਿਟਲ ਐਡਮਿਟ ਕਰਨ ਦੀ ਲੋੜ ਹੀ ਨਾ ਪਏ, ਤੁਸੀਂ ਆਪਣੇ ਆਪ ਰਿਕਵਰ ਕਰੋ। ਤੇ ਉਸ ਵੇਲੇ ਜੇ ਪੇਸ਼ੈਂਟ ਸਟ੍ਰੈਸ ਲਊਗਾ, ਜੇ ਟੈਨਸ਼ਨ ਕਰੂਗਾ, ਡਰੂਗਾ, ਉਹਦੇ ਅੰਦਰ ਹੋਰ ਜ਼ਿਆਦਾ ਇਨਫਲਾਮੇਸ਼ਨ ਹੋਏਗਾ, ਹੋਰ ਜ਼ਿਆਦਾ ਉਹਦੇ ਅੰਦਰ ਕੋਰੋਨਾ ਵਾਇਰਸ ਦੀ ਹੈਲਪ ਹੋਏਗੀ। ਉਹ ਸਟ੍ਰੈਸ ਬੇਸਿਕਲੀ ਕੋਰੋਨਾ ਵਾਇਰਸ ਦਾ ਸਭ ਤੋਂ ਬੈਸਟ ਫਰੈਂਡ ਹੈਗਾ,
ਇਸ ਕੰਡੀਸ਼ਨ ਦੇ ਵਿੱਚ ਟਰੈਕਿੰਗ ਦਾ ਸਿੰਪਟਮ ਇਜ਼ ਦਾ ਬੈਸਟ ਆਪਸ਼ਨ, ਆਪਣੇ ਸਿੰਪਟਮਸ ਨੂੰ ਟਰੈਕ ਕਰਨਾ ਚਾਹੀਦਾ ਤੇ ਆਪਣੇ ਡਾਕਟਰ ਨਾਲ ਮਤਲਬ ਕੰਟੈਕਟ ਵਿੱਚ ਰਹਿਣਾ, ਉਹ ਡਾਕਟਰ ਤੁਹਾਨੂੰ ਦੱਸੇਗਾ ਕਿ ਨਹੀਂ ਤੁਹਾਡੇ ਸਿੰਪਟਮਸ ਜਿਹੜੇ ਆ ਹੁਣ ਵੱਧਦੇ ਜਾ ਰਹੇ ਆ, ਤੁਹਾਡੀ ਇਮਿਊਨ ਸਿਸਟਮ ਆਪ ਇਸ ਵਾਇਰਸ ਨੂੰ ਨਹੀਂ ਮੰਨ ਪਾ ਰਹੀ ਆ, ਭਾਵੇਂ ਉਹ H1N1 ਹੈ ਭਾਵੇਂ ਉਹ ਕੋਰੋਨਾ ਹੈ, ਹੁਣ ਤੁਹਾਨੂੰ ਐਡਮਿਟ ਹੋਣਾ ਹੈ। ਤੇ ਅਗਰ ਤੁਸੀਂ ਇਹੋ ਜਿਹੀ ਜਗ੍ਹਾ ਤੋਂ ਇਹੋ ਜਿਹੇ ਏਰੀਆ ਤੋਂ ਬਿਲੋਂਗ ਕਰਦੇ ਹੋ ਜਿੱਥੇ ਆਲਰੇਡੀ ਵਾਇਰਸ ਫੈਲਿਆ ਹੋਇਆ ਹੈ, ਆਲਰੇਡੀ ਨੋਨ ਪੇਸ਼ੈਂਟਸ ਆਉਂਦੇ ਰਹਿੰਦੇ ਆ, ਤਾਂ ਫਿਰ ਉਹ ਡਾਕਟਰ ਤੁਹਾਨੂੰ ਵੀ ਕਹੂਗਾ ਕਿ ਤੁਸੀਂ ਵੀ ਕੋਰੋਨਾ ਵਾਇਰਸ ਦਾ RT-PCR ਟੈਸਟ ਕਰਾਓ ਤੇ ਤੁਹਾਨੂੰ ਪੱਕਾ ਕਨਫਰਮ ਹੋਏਗਾ ਕਿ ਤੁਹਾਨੂੰ ਕੋਰੋਨਾ ਵਾਇਰਸ ਹੈ। ਮੀਨਵਾਈਲ ਜਿਸ ਦਿਨ ਤੋਂ ਤੁਹਾਨੂੰ ਸਿੰਪਟਮ ਆ ਰਹੇ ਆ ਉਸ ਦਿਨ ਤੋਂ ਤੁਹਾਨੂੰ ਮਾਸਕ ਹਮੇਸ਼ਾ ਪਹਿਨਣਾ ਹੈ ਤਾਂ ਕਿ ਤੁਸੀਂ ਲੋਕਾਂ ਨੂੰ ਨਹੀਂ ਫੈਲਾਓ। ਜਦੋਂ ਵੀ ਤੁਸੀਂ ਦੂਸਰੇ ਲੋਕਾਂ ਦੇ ਕੋਲ ਜਾ ਰਹੇ ਹੋ ਮਾਸਕ ਪਾ ਕੇ ਜਾਣਾ ਹੈ, ਜਦੋਂ ਵੀ ਤੁਸੀਂ ਬਾਹਰ ਜਾ ਰਹੇ ਹੋ ਮਾਸਕ ਪਾ ਕੇ ਜਾਣਾ ਹੈ ਤੇ ਹੱਥ ਦਾ ਬਿਲਕੁਲ ਧਿਆਨ ਰੱਖਣਾ ਹੈ ਬਿਕੋਜ਼ ਹੱਥ ਨਾਲ ਤੇ ਮਾਸਕ ਨਾਲ ਇਹ ਦੋਈ ਚੀਜ਼ਾਂ ਨਾਲ ਇਹ ਫੈਲਦਾ ਹੈ, ਠੀਕ ਹੈ, ਮੂੰਹ ਨਾਲ ਤੇ ਹੱਥ ਨਾਲ ਇਹ ਦੋ ਚੀਜ਼ਾਂ ਨਾਲ ਇਹ ਫੈਲਦਾ ਹੈ। ਤੇ ਤੁਹਾਡੀ ਜ਼ਿੰਮੇਦਾਰੀ ਬਸ ਦੋ ਹੀ ਚੀਜ਼ ਆ ਕਿ ਤੁਸੀਂ ਆਪ ਇਨਫੈਕਟ ਨਾ ਹੋਣ ਦੀ ਕੋਸ਼ਿਸ਼ ਕਰੋ ਕਿ ਇਨਫੈਕਸ਼ਨ ਹੋਵੇ ਹੀ ਨਾ ਤੁਹਾਨੂੰ, ਜੇ ਹੋ ਗਿਆ ਤੇ ਤੁਹਾਡੀ ਜ਼ਿੰਮੇਦਾਰੀ ਹੈ ਕਿ ਦੂਜੇ ਨੂੰ ਨਾ ਹੋਵੇ। ਕਿਉਂਕਿ ਖੁਦਾ ਨਾ ਖਾਸਤਾ ਜੇ ਤੁਹਾਨੂੰ ਹੋਸਪਿਟਲ ਐਡਮਿਟ ਹੋਣ ਦੀ ਜ਼ਰੂਰਤ ਪੈ ਗਈ ਤੇ ਹੋਸਪਿਟਲ ਐਡਮਿਟ ਹੋਣ ਦੇ ਬਾਅਦ ਵੀ ਇਹਦਾ ਮਤਲਬ ਨਹੀਂ ਹੈਗਾ ਕਿ ਸਾਰੇ ਜਿੰਨੇ ਹੋਸਪਿਟਲ ਐਡਮਿਟ ਹੋਣਗੇ ਉਹ ਆਪਣੀ ਜਾਨ ਤੋਂ ਜਾਣਗੇ, ਬਿਲਕੁਲ ਏਦਾਂ ਨਹੀਂ ਹੈ ਕਿ ਇਹ ਦਿੱਕਤ ਹਰੇਕ ਨੂੰ ਹੋ ਜਾਏਗੀ। ਹੋਸਪਿਟਲ ਐਡਮਿਟ ਹੋ ਕੇ ਵੀ  80-90% ਕੇਸਿਸ ਨੂੰ ਬਚਾਇਆ ਜਾ ਸਕਦਾ ਹੈ ਜੇ ਸਹੀ ਟਾਈਮ ਤੇ ਹੋਸਪਿਟਲ ਐਡਮਿਟ ਹੋਣ, ਜੇ ਹੋਸਪਿਟਲ ਦੇ ਵਿੱਚ ਓਵਰਲੋਡ ਨਾ ਹੋਵੇ। ਇਟਲੀ ਚ ਇਹ ਪੰਗਾ ਹੋ ਗਿਆ, ਇਹ ਪ੍ਰੋਬਲਮ ਹੋ ਗਿਆ ਕਿ ਉੱਥੇ ਓਵਰਲੋਡ ਹੋ ਗਿਆ, ਹੋਸਪਿਟਲ ਚ ਬੈੱਡ ਨਹੀਂ ਹੈਗੇ ਇੰਨੇ ਜਿੰਨੇ ਪੇਸ਼ੈਂਟਸ ਨੂੰ ਹੋਸਪਿਟਲ ਚ ਐਡਮਿਟ ਕਰਨਾ ਪੈ ਰਿਹਾ ਤੇ ਉਹਨਾਂ ਨੂੰ ਚੂਜ਼ ਕਰਨਾ ਪੈ ਰਿਹਾ ਕਿ ਕਿਹੜੇ ਪੇਸ਼ੈਂਟ ਦੀ ਕੇਅਰ ਕਰੀਏ, ਕਿਹੜੇ ਪੇਸ਼ੈਂਟ ਨੂੰ ਨਹੀਂ ਕਰੀਏ, ਕਿਸ ਨੂੰ ਫਾਇਦਾ ਹੋਏਗਾ ਕਿਸ ਨੂੰ ਨਹੀਂ ਹੋਏਗਾ। ਦੈਟਸ ਵਾਈ ਆਪਣੇ ਡਾਕਟਰ ਦੇ ਟੱਚ ਚ ਰਹਿਣਾ ਹੈ, ਪੈਨਿਕ ਨਹੀਂ ਕਰਨਾ ਹੈ, ਐਂਡ ਥਰਡ ਮੋਸਟ ਇੰਪੋਰਟੈਂਟ ਥਿੰਗ ਪ੍ਰੀਵੈਂਸ਼ਨ ਕਰਨਾ ਹੈ। ਇਸ ਬਿਮਾਰੀ ਦਾ ਜਿਹੜਾ ਹੱਲ ਹੈ ਉਹ ਪ੍ਰੀਵੈਂਸ਼ਨ ਹੈ। ਓਕੇ, ਪ੍ਰੀਵੈਂਸ਼ਨ ਇਜ਼ ਦ ਬੈਸਟ ਕਿਉਰ। ਡਾਕਟਰ ਬਾਬਾ ਜੀ ਕਰਦੇ, ਮੈਂ ਛੋਟੀ ਜਿਹੀ ਇੱਕ ਬ੍ਰੇਕ ਲੈ ਲਾਂ, ਉਸ ਤੋਂ ਬਾਅਦ ਥੋੜ੍ਹੀ ਜਿਹਾ ਦੱਸਿਓ ਬਈ ਮੇਰੇ ਭਾਰਤ ਦਾ ਕੀ ਹਾਲ ਚਾਲ ਹੈ, ਜਿੱਥੇ ਸਾਡੀਆਂ ਤੰਦਾਂ ਜੁੜੀਆਂ ਨੇ ਉੱਥੇ ਲੋਕਾਂ ਦੇ ਵਿੱਚ ਕਿਹੋ ਜਿਹਾ ਮਾਹੌਲ ਬਣਿਆ ਹੋਇਆ ਜੋ ਮੈਡੀਕਲ ਖੇਤਰ ਦੇ ਵਿੱਚ, ਤੁਸੀਂ ਖਾਸ ਕਰਕੇ ਦਿੱਲੀ ਦੇ ਵਿੱਚ, ਉੱਥੇ ਕਿੰਨੇ ਕੁ ਲੋਕ ਤੁਹਾਨੂੰ ਲੱਗਦਾ ਕਿ ਇਸ ਤੋਂ ਡਰੇ ਹੋਏ ਨੇ, ਕਿੰਨਾ ਕੁ ਪ੍ਰਭਾਵਿਤ ਨੇ, ਕਿੰਨਾ ਕੁ ਸਰਕਾਰਾਂ ਵੱਲੋਂ ਯਤਨ ਕੀਤਾ ਜਾ ਰਿਹਾ ਇਹਦੇ ਲਈ, ਇੱਕ ਵਪਾਰਕ ਸੰਦੇਸ਼ ਲੈ ਰਹੇ ਹਾਂ, ਹੋਲਡ ਕਰਕੇ ਰੱਖਿਓ ਥੋੜ੍ਹਾ ਜਿਹਾ ਤੇ ਵਾਪਸ ਹੋਣੇ ਹਨ। ਬਿਲਕੁਲ ਜੀ, ਬਿਲਕੁਲ। ਜਿਸ ਨਾਲ ਸਾਡੇ ਗ੍ਰਾਹਕ ਅਤੇ ਸਟਾਫ ਮਹਿਫੂਜ਼ ਰਹੇ, ਨਾਲ ਹੀ ਵਿਸ਼ਵਾਸ ਦਵਾਉਂਦੇ ਹਾਂ ਕਿ ਸਾਡੇ ਵੇਅਰ ਹਾਊਸ ਪ੍ਰੋਡਕਟ ਨਾਲ ਪੂਰੀ ਤਰ੍ਹਾਂ ਫੁੱਲ ਹਨ। ਸੋ ਬੇਨਤੀ ਹੈ ਕਿ ਇਸ ਸਮੇਂ ਵਿੱਚ ਘਬਰਾਉਣ ਜਾਂ ਸਟਾਕ ਅਪ ਕਰਨ ਦੀ ਲੋੜ ਨਹੀਂ, ਸਗੋਂ ਕਮਿਊਨਿਟੀ ਵਿੱਚ ਇਕਜੁੱਟ ਹੋ ਕੇ ਅੱਗੇ ਆਈਏ। ਬੀ ਸੇਫ। ਪਿਛਲੇ 60 ਵਰਿਆਂ ਤੋਂ ਮਿਲਕ ਸਟ੍ਰੀਮ ਸਾਨੂੰ ਵੱਖ ਵੱਖ ਤਰ੍ਹਾਂ ਦਾ ਆਟਾ ਪ੍ਰੋਵਾਈਡ ਕਰਵਾ ਰਹੀ ਹੈ। ਮੈਂ ਮਿਲਕ ਸਟ੍ਰੀਮ ਹੀਰੋ ਆਟੇ ਦੀ ਰੋਟੀਆਂ ਬਣਾਉਂਦੀ ਹਾਂ ਜੋ ਕਿ ਬਹੁਤ ਸੌਫਟ ਰਹਿੰਦੀਆਂ ਨੇ, ਔਰ ਮੇਰੇ ਹਸਬੈਂਡ ਰੋਜ਼ ਉਹਨਾਂ ਨੂੰ ਆਫਿਸ ਲੈ ਕੇ ਜਾਂਦੇ ਨੇ ਔਰ ਉਹ ਨੈਕਸਟ ਡੇ ਤੱਕ ਵੀ ਸੌਫਟ ਰਹਿੰਦੀਆਂ ਨੇ। ਹੀਰੋ ਆਟੇ ਨੇ ਤਾਂ ਮੈਨੂੰ ਆਪਣੀ ਫੈਮਿਲੀ ਵਿੱਚ ਹੀਰੋ ਬਣਾ ਦਿੱਤਾ। ਤਾਂ ਫਿਰ ਮਿਲਕ ਸਟ੍ਰੀਮ ਆਟਾ ਖਾਓ ਤੇ ਸਿਹਤ ਬਣਾਓ। ਕੀ ਕਰੀਏ ਯਾਰ, ਵਿੰਟਰ ਆ ਗਿਆ, ਟਰੱਕ ਦੇ ਤੇਲ ਦਾ ਖਰਚਾ ਜ਼ਿਆਦਾ ਹੋ ਜਾਣਾ, ਕੀ ਕਰੀਏ। ਤੂੰ ਏਦਾਂ ਕਰ, ਟਰੱਕ ਵਿੱਚ ਬੰਕ ਹੀਟਰ ਲਵਾ ਲਾ। ਨਿਊ ਮਿਲੇਨੀਅਮ ਟਾਇਰ ਵਾਲੇ ਗੁਰਜੀਤ ਮੰਗ ਨੂੰ ਕਾਲ ਕਰ ਕਿ ਨਵਾਂ ਵੀ ਲਾ ਦਿੰਦੇ ਨੇ ਤੇ ਪੁਰਾਣੇ ਦੀ ਰਿਪੇਅਰ ਵੀ ਕਰ ਦਿੰਦੇ। ਤੇਲ ਘੱਟ ਲੱਗਦਾ ਹੈ, ਬਸ ਟਰੱਕ ਬੰਦ ਕਰਕੇ ਸਮਝੋ। ਨਿਊ ਮਿਲੇਨੀਅਮ ਟਾਇਰ ਸੈਂਟਰ, ਇੱਥੋਂ ਲਵੋ ਵਧੀਆ ਕੁਆਲਿਟੀ ਅਤੇ ਵਾਜਬ ਰੇਟ ਤੇ ਟਾਇਰ, ਅਤੇ ਨਾਲ ਹੀ ਟਰੱਕ ਦੇ ਹੀਟਰ ਦਾ ਕੰਮ ਇਹਨਾਂ ਦੇ ਮਾਹਿਰਾਂ ਕੋਲੋਂ ਵਾਜਬ ਕੀਮਤਾਂ ਤੇ ਕਰਵਾ ਸਕਦੇ ਹੋ। ਅੱਜ ਹੀ ਪਹੁੰਚੋ 1208510303 ਐਵਨਿਊ ਸਰੀ। ਵਧੇਰੇ ਜਾਣਕਾਰੀ ਲਈ ਗੁਰਜੀਤ ਮਾਂਗਟ ਨੂੰ 6045886110 ਤੇ ਫੋਨ ਕਰੋ। 6045881810 ਨਿਊ ਮਿਲੇਨੀਅਮ ਟਾਇਰ ਸੈਂਟਰ। ਲਾਈਫ ਇੰਸ਼ੋਰੈਂਸ ਕਰਵਾਉਣ ਲਈ ਜੇ ਤੁਸੀਂ ਹਾਲੇ ਸਿਰਫ
ਥਿੰਕ ਕਰ ਰਹੇ ਹੋ ਤਾਂ ਡੋਂਟ ਜਸਟ ਥਿੰਕ ਗੋ ਟੂ ਥਿੰਕ ਇੰਸ਼ੋਰੈਂਸ ਕਿਉਂਕਿ ਇਹ ਆਫਰ ਕਰ ਰਹੇ ਹਨ ਆਰਬੀਸੀ ਟਰਮ ਇੰਸ਼ੋਰੈਂਸ ਤੇ 10% ਆਫ ਤੇ ਹਾਂ ਜੇ ਤੁਸੀਂ ਮੌਰਗੇਜ ਇੰਸ਼ੋਰੈਂਸ ਕਰਵਾਉਣ ਬਾਰੇ ਸੋਚ ਰਹੇ ਹੋ ਤਾਂ ਥਿੰਕ ਇੰਸ਼ੋਰੈਂਸ ਨਾਲ ਇੱਕ ਵਾਰ ਗੱਲ ਜ਼ਰੂਰ ਕਰੋ ਕਿਉਂਕਿ ਇਹਨਾਂ ਕੋਲ ਟਰਮ ਇੰਸ਼ੋਰੈਂਸ ਦੀਆਂ ਬਹੁਤ ਸਾਰੀਆਂ ਆਪਸ਼ਨਸ ਹਨ ਸੋ ਯਾਦ ਰੱਖੋ ਟਰਮ ਇੰਸ਼ੋਰੈਂਸ ਦੇ ਪ੍ਰੀਮੀਅਮ ਤੇ 10% ਆਫ ਦਾ ਫਾਇਦਾ ਜ਼ਰੂਰ ਉਠਾਓ ਕਿਉਂਕਿ ਇਹ ਆਫਰ ਸਿਰਫ 20 ਮਾਰਚ ਤੱਕ ਉਪਲਬਧ ਹੈ ਥਿੰਕ ਇੰਸ਼ੋਰੈਂਸ ਦੇ ਪ੍ਰਬੰਧਕ ਸਿੰਘ ਨੂੰ 604-8872-13 ਤੇ ਅੱਜ ਹੀ ਕਾਲ ਕਰੋ 604-8287-213 ਪਹਿਲਾਂ ਦੱਸਾਂ ਕਿ ਆਰਪੀ ਰੇਡੀਓ 1550 ਏਐਮ ਬੈਂਡ ਤੇ ਮੇਰੇ ਨਾਲ ਡਾਕਟਰ ਪਰਮਜੀਤ ਸਿੰਘ ਦਿੱਲੀ ਤੋਂ ਸ਼ਾਮਲ ਨੇ ਕਿਉਂਕਿ ਇਹਨਾਂ ਦੀਆਂ ਸੈਂਕੜੇ ਹੀ ਯੂਟਿਊਬ ਡਾਕਟਰ ਐਜੂਕੇਸ਼ਨ ਜਦੋਂ ਤੁਸੀਂ ਯੂਟਿਊਬ ਤੇ ਸਰਚ ਕਰਦੇ ਹੋ ਤੇ ਤੁਹਾਨੂੰ ਇਹਨਾਂ ਦੀਆਂ ਸੈਂਕੜੇ ਹੀ ਯੂਟਿਊਬ ਮਿਲਣਗੀਆਂ ਰੀਸੈਂਟਲੀ ਜਿਹੜੀ ਇਹਨਾਂ ਦੀ ਕਰੋਨਾ ਵਾਇਰਸ ਦੇ ਉੱਤੇ ਯੂਟਿਊਬ ਆਈ ਹੈ ਖਾਸ ਕਰਕੇ ਇਸੇ ਕਰਕੇ ਮੈਂ ਲਾਈਵ ਲਿਆ ਇਹਨਾਂ ਨੂੰ ਕਿ ਵੱਧ ਤੋਂ ਵੱਧ ਜਿਹੜੀ ਜਾਣਕਾਰੀ ਉਹ ਦੇ ਰਹੇ ਨੇ ਡਾਕਟਰ ਭਾਰਤ ਦਾ ਕੀ ਹਾਲ ਆ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਹੈ ਲੋਕਾਂ ਦੇ ਮਨ ਚ ਕਿੰਨਾ ਕੁ ਡਰ ਹੈ ਜੀ ਉੱਥੇ ਜੀ ਬਹੁਤ ਡਰ ਹੈਗਾ ਲੋਕਾਂ ਨੂੰ ਸਟ੍ਰੈਸ ਕਰਕੇ ਹੀ ਜ਼ਿਆਦਾ ਪੈਨਿਕ ਹੋ ਰਿਹਾ ਹੈ ਔਰ ਲੋਕੀ ਐਕਚੁਅਲੀ ਵਿੱਚ ਕਿਤੇ ਨਾ ਕਿਤੇ ਸਹਾਰਾ ਲੱਭ ਰਹੇ ਨੇ ਲੋਕੀ ਲੱਭ ਰਹੇ ਨੇ ਕਿ ਇਹਦਾ ਐਕਚੁਅਲੀ ਭਾਰਤ ਦੇ ਵਿੱਚ ਇਸ਼ੂ ਥੋੜਾ ਜਿਹਾ ਇੱਕ ਮੰਨ ਲੀਜੀਏ ਬੇਸਿਕ ਐਜੂਕੇਸ਼ਨ ਹੈਲਥ ਐਜੂਕੇਸ਼ਨ ਅਵੇਅਰਨੈਸ ਦਾ ਆਉਂਦਾ ਹੈ ਇੱਥੇ ਇੰਨੀ ਜ਼ਿਆਦਾ ਅਵੇਅਰਨੈਸ ਨਹੀਂ ਹੈਗੀ ਲੋਕਾਂ ਨੂੰ ਕਿ ਮਤਲਬ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਮੈਂ ਗੱਲ ਕਰ ਰਿਹਾ 30% ਲੋਕਾਂ ਦੀ 30% ਲੋਕੀ ਇਹੋ ਜਿਹੇ ਹੈਗੇ ਆ ਜਿਹੜੇ ਬਹੁਤ ਮੇਜਰ ਮੈਜੋਰਿਟੀ ਹੋ ਜਾਂਦੀ ਹੈ 30% ਛੋਟੇ ਨਹੀਂ ਹੁੰਦੇ ਜਿਹੜੇ ਕਿਸੇ ਦੀ ਵੀ ਗੱਲ ਮੰਨ ਲੈਂਦੇ ਨੇ ਤੇ ਭਾਰਤ ਦੇ ਵਿੱਚ ਫਿਰ ਸਾਰੇ ਓਪਰਚੁਨਿਸਟਿਕ ਬਣ ਜਾਂਦੇ ਨੇ ਡਰ ਇੰਨਾ ਹੈ ਲੋਕਾਂ ਤੇ ਕਿ ਲੋਕੀ ਅੱਜ ਹੁਣ ਇਸ ਟਾਈਮ ਦੇ ਵਿੱਚ ਗੱਲ ਕਿਸੇ ਦੀ ਮੰਨਣ ਨੂੰ ਤਿਆਰ ਨੇ ਕਿ ਵੀ ਅੱਜ ਦਾ ਕੇਸ ਦੇਖ ਲਓ ਅੱਜ ਬਹੁਤ ਚੰਗੀ ਤਰ੍ਹਾਂ ਲੋਕਾਂ ਨੇ ਸਾਰਾ ਕੁਛ ਮੰਨਿਆ ਅੱਜ ਦਿੱਲੀ ਦੇ ਵਿੱਚ ਇੰਡੀਆ ਦੇ ਵਿੱਚ ਜਨਤਾ ਕਰਫਿਊ ਮਨਾਇਆ ਗਿਆ ਸਵੇਰੇ 7 ਵਜੇ ਤੋਂ ਲੈ ਕੇ ਰਾਤੀ 9 ਵਜੇ ਤੱਕ ਕੋਈ ਵੀ ਬਾਹਰ ਨਹੀਂ ਨਿਕਲੂ ਕੋਈ ਨਹੀਂ ਨਿਕਲਿਆ ਸਿਰਫ ਹੈਲਥ ਕੇਅਰ ਪ੍ਰੋਫੈਸ਼ਨਲ ਡਾਕਟਰਸ ਜਿਹੜੇ ਜਿੱਥੇ ਜਾ ਰਹੇ ਨੇ ਆਪਣੇ ਕੰਮ ਤੇ ਹੋਸਪਿਟਲ ਉਹਨਾਂ ਨੇ ਆਪਣਾ ਕੰਮ ਕੀਤਾ ਹੈ ਬਾਕੀ ਸਾਰੇ ਆਪਣੇ ਘਰ ਬੈਠੇ ਨੇ ਸ਼ਾਮ ਨੂੰ 5 ਵਜੇ ਪ੍ਰਧਾਨ ਮੰਤਰੀ ਸਾਡੇ ਨਰਿੰਦਰ ਮੋਦੀ ਜੀ ਇਹਨਾਂ ਨੇ ਕਿਹਾ ਸੀ ਲੋਕਾਂ ਨੂੰ ਕਿ ਬਾਹਰ ਆ ਕੇ ਤੁਸੀਂ ਤਾਲੀ ਵਜਾਣੀ ਆ ਤਾਂ ਕਿ ਜਿਹੜੇ ਕੰਮ ਤੇ ਜਾ ਰਹੇ ਆ ਜਿਹੜੇ ਡਾਕਟਰ ਨੇ ਜਿਹੜੇ ਆਪਣੇ ਰਿਸਕ ਚੱਕ ਰਹੇ ਨੇ ਤੁਹਾਡੇ ਲਈ ਉਹਨਾਂ ਦੀ ਪ੍ਰੋਤਸਾਹਨ ਹੋਏ ਤੇ ਤੇ ਉਹਨਾਂ ਦੇ ਵਾਸਤੇ ਤਾਲੀਆਂ ਵੀ ਬਹੁਤ ਵਜੀਆਂ ਘੰਟੀਆਂ ਵੀ ਵਜੀਆਂ ਪਲੇਟਾਂ ਵੀ ਵਜੀਆਂ ਤੇ ਤੁਸੀਂ ਦੇਖ ਸਕਦੇ ਹੋ ਨਿਊਜ਼ ਤੇ ਲੋਕਾਂ ਦੇ ਇਕਜੁੱਟਪਣਾ ਤੇ ਹੈ ਪਰ ਉਹਨਾਂ ਨੂੰ ਸਿਰਫ ਪ੍ਰੋਪਰ ਗਾਈਡੈਂਸ ਦੀ ਲੋੜ ਹੈ ਅੱਜ ਦੇ ਡੇਟ ਦੇ ਵਿੱਚ ਜੇ ਤੁਸੀਂ ਇੰਡੀਅਨ ਨਿਊਜ਼ ਚੈਨਲਸ ਖੋਲੋਗੇ ਤਾਂ ਤੁਹਾਨੂੰ ਜਿਹੜੀ ਨਿਊਜ਼ ਹੈ ਉਹ ਇਨਫੋਰਮੇਸ਼ਨ ਘੱਟ ਡਰਾ ਜ਼ਿਆਦਾ ਦੂਗੀ ਇਹ ਪ੍ਰੋਬਲਮ ਹੈ ਇੰਡੀਆ ਦੀ ਇਹ ਬਹੁਤ ਵੱਡੀ ਪ੍ਰੋਬਲਮ ਹੈ ਕਿ ਇੰਡੀਆ 'ਚ ਪ੍ਰੋਪਰ ਸੋਰਸਿਸ ਬਹੁਤ ਘੱਟ ਹੈਗੇ ਨੇ ਜਿਹੜੇ ਔਥੈਂਟਿਕ ਇਨਫੋਰਮੇਸ਼ਨ ਜਿਹੜੇ ਰੀਅਲ ਸਹੀ ਜਾਣਕਾਰੀ ਲੋਕਾਂ ਤੱਕ ਪਹੁੰਚਾਉਣਗੇ ਇਹ ਨਾ ਇਹ ਇੰਡੀਆ ਦੀ ਸਭ ਤੋਂ ਵੱਡੀ ਡਿਸਐਡਵਾਂਟੇਜ ਹੈ ਇਸੇ ਕਰਕੇ ਲੋਕਾਂ ਨੂੰ ਮਿਸਲੀਡ ਵੀ ਕੀਤਾ ਜਾਂਦਾ ਲੋਕਾਂ ਨੂੰ ਭਟਕਾਇਆ ਜਾਂਦਾ ਹੈ ਕਿ ਵੀ ਤੁਸੀਂ ਆਹ ਖਾ ਲਓ ਤੁਸੀਂ ਸਾਡੀ ਦਵਾਈ ਲੈ ਲਓ ਤੁਸੀਂ ਹੈਂਡ ਸੈਨੀਟਾਈਜ਼ਰ ਦੇ ਇੰਨੇ ਪ੍ਰਚਾਰ ਕੀਤੇ ਗਏ ਕਿ ਲੋਕਾਂ ਨੇ ਹੈਂਡ ਸੈਨੀਟਾਈਜ਼ਰ ਸਾਰੇ ਖਤਮ ਕਰਤੇ ਮਾਰਕੀਟ ਦੇ ਵਿੱਚ ਇੱਕ ਨਾ ਮਿਲੇ ਫਿਰ ਹੈਂਡ ਸੈਨੀਟਾਈਜ਼ਰ ਦੀ ਨਕਲੀ ਫੈਕਟਰੀਆਂ ਬਣਨ ਲੱਗ ਗਈਆਂ ਲੋਕਾਂ ਨੇ ਆਪਣੇ ਇੰਡੀਆ ਦੇ ਵਿੱਚ ਕਈ ਨਕਲੀ ਫੈਕਟਰੀਆਂ ਫੜੀ ਗਈਆਂ ਨੇ ਤੇ ਇੰਡੀਆ 'ਚ ਇਹੋ ਜਿਹੇ ਵੀ ਕੰਮ ਹੁੰਦੇ ਨੇ ਕਿ ਇਸ ਚੀਜ਼ ਨੂੰ ਇੱਕ ਓਪਰਚੁਨਿਟੀ ਮੰਨ ਕੇ ਲੋਕੀ ਆਪਣੇ ਉੱਲੂ ਸਿੱਧਾ ਕਰ ਰਹੇ ਨੇ ਪੈਸੇ ਕਮਾ ਰਹੇ ਨੇ ਲੋਕਾਂ ਨੇ ਹੈਂਡ ਸੈਨੀਟਾਈਜ਼ਰ ਦੇ ਰੇਟ ਜਿਹੜੇ
ਜਿਹੜਾ 100 ਰੁਪਏ ਦਾ 50 ਰੁਪਏ ਦਾ ਹੈਂਡ ਸੈਨੇਟਾਈਜ਼ਰ ਲੋਕਾਂ ਨੇ 500-1000 ਰੁਪਏ ਨੇ ਵੇਚਣ ਸ਼ੁਰੂ ਕਰਤਾ ਤੇ ਲੋਕੀ ਲੈ ਰਹੇ ਨੇ ਬਿਕੋਜ਼ ਉਹ ਡਰੇ ਹੋਏ ਨੇ ਟਿਸ਼ੂ ਪੇਪਰ ਮਹਿੰਗੇ ਹੋ ਗਏ ਹੈਂਡ ਸੈਨੇਟਾਈਜ਼ਰ ਮਹਿੰਗੇ ਹੋ ਗਏ 20 ਰੁਪਏ ਦਾ ਮਾਸਕ 200 ਰੁਪਏ ਦਾ ਵਿਕ ਰਿਹਾ ਹੈ 250 ਰੁਪਏ ਦਾ 500 ਰੁਪਏ ਦਾ ਵਿਕ ਰਿਹਾ 200 ਰੁਪਏ ਦਾ ਮਾਸਕ 800 ਰੁਪਏ ਚ ਵਿਕ ਰਿਹਾ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਹਨਾਂ ਨੇ ਕੈਪਿੰਗ ਕੀਤੀ ਸੀ ਸੈਨੇਟਾਈਜ਼ਰ ਦੇ ਰੇਟ ਦੇ ਵਿੱਚ ਕਿ 200 ml ਦਾ ਸੈਨੇਟਾਈਜ਼ਰ ਹੁਣ 100 ਰੁਪਏ ਤੋਂ ਜ਼ਿਆਦਾ ਵੱਧ ਕੋਈ ਵੇਚ ਨਹੀਂ ਸਕਦਾ ਤੇ ਤੁਸੀਂ ਇਮੈਜਿਨ ਕਰ ਸਕਦੇ ਹੋ ਜਦੋਂ ਗਵਰਨਮੈਂਟ ਨੂੰ ਇਨਵੋਲਵ ਹੋਣਾ ਪੈਂਦਾ ਇਸ ਚੀਜ਼ ਵਿੱਚ ਕਿ ਬਈ ਕੈਪਿੰਗ ਹੋਏ ਕਿਸੇ ਸੈਨੇਟਾਈਜ਼ਰ ਦੇ ਇੱਕ ਪ੍ਰੋਡਕਟ ਦੇ ਰੇਟ ਦੇ ਵਿੱਚ ਤਾਂ ਉਹਦੇ ਵਿੱਚ ਕੀ ਹੋ ਰਿਹਾ ਤਾਂ ਇਹੋ ਜਿਹੇ ਕੰਡੀਸ਼ਨਸ ਨੇ ਇੱਕ ਤਰਫ ਜਨਤਾ ਹੈ ਜਿਹੜੀ ਘਬਰਾਈ ਹੋਈ ਆ ਜਿਹਨਾਂ ਨੂੰ ਸਹਾਰਾ ਚਾਹੀਦਾ ਹੈ ਜਿਹਨਾਂ ਨੂੰ ਵਿਸ਼ਵਾਸ ਚਾਹੀਦਾ ਹੈ ਕਿ ਸਾਨੂੰ ਕੁਛ ਨਹੀਂ ਹੋਏਗਾ ਅੱਜ ਦਾ ਇੰਡੀਆ ਅੱਜ ਲੋਕਡਾਊਨ ਹੈਗਾ ਹੈ ਕੱਲ ਦਾ ਕੱਲ ਫੇਰ ਪਤਾ ਨਹੀਂ ਅੱਗੇ ਹੋ ਸਕਦਾ ਹੈ ਫੇਰ ਹਫਤਾ ਦੋ ਹਫਤਾ ਮਹੀਨਾ ਇਹੋ ਜਿਹਾ ਹਾਲਤ ਹੋ ਜਾਏ ਕਿ ਲੋਕਡਾਊਨ ਕਰਨਾ ਪਏ ਇਹ ਚੰਗੀ ਗੱਲ ਹੈ ਬਿਕੋਜ਼ ਅੱਜ ਨਹੀਂ ਕਰਨਗੇ ਲੋਕਡਾਊਨ ਤੇ ਇਹ ਇਟਲੀ ਵਰਗੀ ਸਟੇਟ ਹੋ ਜਾਏਗੀ ਤੇ ਇੰਡੀਆ ਦੇ ਵਿੱਚ ਆਲਰੇਡੀ ਹੈਲਥ ਕੇਅਰ ਸੈਕਟਰ ਬਹੁਤ ਜ਼ਿਆਦਾ ਚੰਗਾ ਨਹੀਂ ਹੈਗਾ ਜੇ ਹੈਲਥ ਕੇਅਰ ਸੈਕਟਰ ਦੇ ਵਿੱਚ ਕੋਰੋਨਾ ਵਾਇਰਸ ਕਰਕੇ ਇਟਲੀ ਵਰਗਾ ਸਟੇਟ ਹੋ ਗਿਆ ਇੰਡੀਆ ਦੇ ਵਿੱਚ ਤਾਂ ਫਿਰ ਉਹ ਤਾਂ ਰਿਕਾਰਡ ਬ੍ਰੇਕਿੰਗ ਡੈਥ ਹੋਣਗੀ ਤਾਂ ਇਸ ਕਰਕੇ ਇਹ ਬਹੁਤ ਜ਼ਰੂਰੀ ਸਟੈਪ ਹੈ ਜਿਹੜਾ ਅੱਜ ਇੰਡੀਆ ਨੇ ਲਿਆ ਵਾ ਅੱਜ ਜਨਤਾ ਕਰਫਿਊ ਕਰਕੇ ਲਿਆ ਵਾ ਕੱਲ ਹੋ ਸਕਦਾ ਹੈ ਇੱਕ ਦਿਨ ਦਾ ਨਹੀਂ ਇੱਕ ਹਫਤੇ ਦਾ ਹੋ ਸਕਦਾ ਹੈ ਇੱਕ ਮਹੀਨੇ ਦਾ ਹੋਵੇ ਮਗਰ ਉਹ ਜ਼ਰੂਰੀ ਆ ਜੇ ਅੱਜ ਨਹੀਂ ਕਰਨਗੇ ਤੇ ਅੱਗੇ ਅੱਜ ਨੁਕਸਾਨ ਹੋ ਰਿਹਾ ਹੈ ਇੰਡੀਆ ਦੀ ਇਕਨੋਮੀ ਨੂੰ ਅੱਜ ਹੋ ਰਿਹਾ ਹੈ ਨੁਕਸਾਨ ਲੋਕਾਂ ਨੂੰ ਲੇਕਿਨ ਅੱਜ ਲੋਕੀ ਬਚੇ ਹੋਏ ਨੇ ਕਿਉਂਕਿ ਅੱਜ ਸਾਡੇ ਇੰਡੀਆ ਦੇ ਵਿੱਚ ਕਿਤੇ ਸ਼ਹਿਰ ਦੇ ਵਿੱਚ ਵੱਡੇ ਤੋਂ ਵੱਡੇ ਮੈਟਰੋ ਸ਼ਹਿਰ ਕਿਹੜੇ ਵੀ ਸ਼ਹਿਰ ਦੇ ਵਿੱਚ ਇੰਨੇ ਆਈਸੀਯੂ ਇਨ ਬੈਡ ਨਹੀਂ ਹੈਗੇ ਕਿ ਜੇ ਇੰਡੀਆ ਦੇ ਵਿੱਚ ਜਿੱਦਾਂ ਇਟਲੀ ਵਰਗੀ ਹਾਲਤ ਹੋ ਜਾਏ ਚਾਈਨਾ ਵਰਗੀ ਹਾਲਤ ਹੋ ਜਾਏ ਕਿ 20-25 ਹਜ਼ਾਰ ਇੱਕ ਦਿਨ ਚ ਪੇਸ਼ੈਂਟ ਆ ਜਾਏਗਾ ਕੋਰੋਨਾ ਵਾਇਰਸ ਦੇ ਇਨਫੈਕਟ ਹੋ ਕੇ ਆਈਸੀਯੂ ਚ ਭਰਤੀ ਹੋਣਾ ਤੇ ਉਹ ਪੋਸੀਬਲ ਨਹੀਂ ਹੈਗਾ ਇੰਡੀਆ ਚ ਉਹ ਵੀ ਪੋਸੀਬਲ ਨਹੀਂ ਹੈ ਕਿ ਇਮੀਡੀਏਟਲੀ ਬੈਡਸ ਅਵੇਲੇਬਲ ਕੀਤੇ ਜਾਏ ਇਮੀਡੀਏਟਲੀ ਹੈਲਥ ਕੇਅਰ ਦੇ ਸੈਕਟਰ ਨੂੰ ਵਧਾਇਆ ਜਾਏ ਤਾਂ ਇੰਡੀਆ ਦੇ ਪਾਸ ਹੋਰ ਕੋਈ ਰਾਸਤਾ ਨਹੀਂ ਹੈਗਾ ਪ੍ਰੀਵੈਂਸ਼ਨ ਤੋਂ ਇਲਾਵਾ ਤੇ ਅੱਜ ਦੇ ਡੇਟ ਦੇ ਵਿੱਚ ਪ੍ਰੀਵੈਂਸ਼ਨ ਦੇ ਵਿੱਚ ਬਹੁਤ ਐਫਰਟਸ ਕੀਤੇ ਜਾ ਰਹੇ ਨੇ ਜਿਹੜੇ ਐਕਚੁਅਲੀ ਸਰਾਹਨੀਏ ਹੈਗੇ ਆ ਜਿਹੜੇ ਬਿਲਕੁਲ ਸੈਂਟਰਲ ਗਵਰਨਮੈਂਟ ਵੱਲੋਂ ਜਾਂ ਫਿਰ ਲੋਕਲ ਗਵਰਨਮੈਂਟ ਵੱਲੋਂ ਸਟੇਟ ਗਵਰਨਮੈਂਟ ਵੱਲੋਂ ਬਹੁਤ ਸਟੈਪਸ ਕੀਤੇ ਜਾ ਰਹੇ ਨੇ ਉਹਦੇ ਚ ਕੋਈ ਦੋਰਾ ਹੀ ਨਹੀਂ ਹੈਗਾ ਪਰ ਮੀਡੀਆ ਦਾ ਅੱਜ ਫਰਜ਼ ਬਣਦਾ ਹੈ ਕਿ ਅੱਜ ਉਹ ਆਪਣੀ ਇਨਸਾਨੀਅਤ ਦਿਖਾਉਣ ਤੇ ਸਹੀ ਖ਼ਬਰਾਂ ਸਹੀ ਤਰੀਕੇ ਨਾਲ ਦਿਖਾਉਣ ਤਾਂ ਕਿ ਲੋਕਾਂ ਚ ਡਰ ਨਹੀਂ ਲੋਕਾਂ ਚ ਓਰੀਐਂਟੇਸ਼ਨ ਅਵੇਅਰਨੈਸ ਫੈਲੇ ਆ ਮੇਰੀ ਡਾਕਟਰ ਦੇ ਨਾਲ ਨਾਲ ਜਿਹੜੀ ਤੁਸੀਂ ਗੱਲ ਕੀਤੀ ਹੈ ਬਹੁਤ ਵਧੀਆ ਗੱਲ ਹੈ ਕਿ ਸਰਕਾਰਾਂ ਨੇ ਬਹੁਤ ਵਧੀਆ ਕਦਮ ਚੁੱਕੇ ਹੈ ਜਨਤਾ ਕਰਫਿਊ ਲਾ ਕੇ ਪੰਜਾਬ ਦੇ ਵਿੱਚ ਲਗਾਤਾਰ 3 ਦਿਨ ਇਹ ਕਰਫਿਊ ਜਾਰੀ ਰਹੇਗਾ ਤੇ ਹੋ ਸਕਦਾ ਹੈ ਇਹਨੂੰ ਅੱਗੇ ਵਧਾਇਆ ਵੀ ਜਾਏ ਤੁਹਾਨੂੰ ਇਸ ਬਾਰੇ ਜ਼ਿਆਦਾ ਗਿਆਨ ਹੈ ਜਿਹੜੀ ਗੱਲ ਮੀਡੀਆ ਦੀ ਹੈ ਕੋਈ ਸ਼ੱਕ ਵਾਲੀ ਗੱਲ ਨਹੀਂ ਇਸੇ ਕਰਕੇ ਬੋਤਾਦ ਦੇ ਵਿੱਚ ਗੋਦੀ ਮੀਡੀਆ ਵੀ ਕਹਿੰਦੇ ਆ ਜਿਹੜਾ ਵਿਕਿਆ ਹੋਇਆ ਮੀਡੀਆ ਉੱਤੇ ਉਹ ਕਦੇ ਵੀ ਸੱਚੀ ਖ਼ਬਰ ਬਾਹਰ ਨਹੀਂ ਕੱਢਦਾ ਪੰਜਾਬ ਦੇ ਭਾਰਤ ਦੇ ਮੀਡੀਆ ਦੀ ਇਹ ਗੱਲ ਮੰਨੀ ਹੋਈ ਹੈ ਕਿ ਬਹੁਤਾ ਮੀਡੀਆ ਵਿਕਾਊ ਹੈ ਤੁਸੀਂ ਉਹਨਾਂ ਪੈਸੇ ਦਿਓ ਤੇ ਜਿਸ ਤਰ੍ਹਾਂ ਦੀ ਮਰਜ਼ੀ ਖ਼ਬਰ ਲਵਾ ਲਓ ਭਾਰਤ ਦੇ ਵਿੱਚ ਕੁਝ ਕੁ ਥਾਵਾਂ ਦੇ ਉੱਤੇ ਇਸ ਗੱਲ ਦਾ ਬੜਾ ਪ੍ਰਚਾਰ ਹੋ ਰਿਹਾ ਹੈ ਕਿਉਂਕਿ ਸਰਕਾਰ ਹੈ ਜਿਹੜੀ ਉਹ ਇਸ ਵੇਲੇ ਭਾਜਪਾ ਦੀ ਹੈ ਔਰ ਬਹੁਤੇ ਲੋਕ ਜਿਹੜੇ ਸਾਡੇ ਹਿੰਦੂ ਭੈਣ ਭਰਾ ਨੇ ਉਹਨਾਂ ਨੂੰ ਇਹ ਪ੍ਰਚਾਰ ਕੀਤਾ ਜਾ ਰਿਹਾ ਕਿ ਜੇ ਤੁਸੀਂ ਗਊ ਦਾ ਮੂਤਰ ਪੀਂਦੇ ਹੋ ਤੇ ਇਹਦੇ ਨਾਲ ਵਾਇਰਸ ਖਤਮ ਹੋ ਜਾਏਗਾ ਹਰ ਵਿਅਕਤੀ ਆਉਣ ਵਾਲਾ ਜਿਹੜਾ ਉਹਨੂੰ ਏਅਰਪੋਰਟ ਦੇ ਉੱਤੇ ਗਊ ਦਾ ਮੂਤਰ ਪਿਆ ਜਾਏ ਤੇ ਵਾਇਰਸ ਠੀਕ ਹੋ ਜਾਏਗਾ ਇਹਦੇ ਬਾਅਦ ਸਰਕਾਰਾਂ ਕੋਈ ਐਕਸ਼ਨ ਨਹੀਂ ਲੈ ਰਹੀਆਂ ਕਿ ਬਾਕੀ ਗਊ ਦਾ ਮੂਤਰ ਕੰਮ ਕਰ ਰਿਹਾ ਸਾਡੀਆਂ ਬਿਮਾਰੀਆਂ ਲਈ ਉੱਥੇ ਇੰਡੀਆ ਦੇ ਵਿੱਚ ਦੇਖੋ ਜੀ ਸਰਕਾਰ ਇਹਦੇ ਵੱਲ ਕੋਈ ਐਕਸ਼ਨ ਲੈ ਨਹੀਂ ਸਕਦੀ ਕਿਉਂਕਿ ਇਹ ਓਪੀਨੀਅਨ ਹੈ
ਇਹ ਕਿਸੇ ਦੀ ਮੈਡੀਕਲ ਐਡਵਾਈਸ ਨਹੀਂ ਹੈਗੀ ਤੇ ਇਹ ਓਪੀਨੀਅਨ ਲੋਕਾਂ ਨੇ ਦਿੱਤਾ ਹੈ ਜਿਨ੍ਹਾਂ ਦਾ ਉਹਦੇ ਉੱਤੇ ਵਿਸ਼ਵਾਸ ਹੈ। ਜਿਨ੍ਹਾਂ ਤੱਕ ਤੁਸੀਂ ਜੇ ਮੈਨੂੰ ਪੁੱਛੋਗੇ ਕਿ ਡਾਕਟਰ ਸਾਹਿਬ ਕਿ ਗਊਮੂਤਰ ਨਾਲ ਕੋਰੋਨਾ ਵਾਇਰਸ ਮਰ ਜਾਏਗਾ ਤੇ ਬਿਲਕੁਲ ਵੀ ਨਹੀਂ। ਕੀ ਗਊਮੂਤਰ ਨਾਲ ਕੋਈ ਫਾਇਦਾ ਹੋਏਗਾ? ਬਿਲਕੁਲ ਵੀ ਨਹੀਂ ਇਸ ਬਿਮਾਰੀ ਦੇ ਵਿੱਚ। ਤੇ ਜੀ ਹਾਂ, ਗਊਮੂਤਰ ਦੇ ਵਿੱਚ ਮੈਡੀਕਲ ਕੁਆਲਿਟੀਜ਼ ਹੈਗੀਆਂ ਨੇ ਜਿਹਦੇ ਉੱਤੇ ਰਿਸਰਚ ਚੱਲ ਰਿਹਾ, ਮਗਰ ਉਹ ਹਲੇ ਸਾਇੰਟੀਫਿਕਲੀ ਪ੍ਰੂਵਨ ਹੈ ਹੀ ਨਹੀਂ। ਤੇ ਅੱਜ ਦੇ ਡੇਟ ਦੇ ਵਿੱਚ ਜੇ ਉਹਦੀ ਪ੍ਰਚਾਰ ਹੋ ਰਹੀ ਆ ਤੇ ਜੇ ਲੋਕਾਂ ਨੂੰ ਉਹ ਇੱਕ ਚੀਜ਼ ਵੱਲ ਖਿੱਚਿਆ ਜਾ ਰਿਹਾ ਹੈ, ਉਹ ਲੋਕਾਂ ਦੀ ਜ਼ਿੰਮੇਵਾਰੀ ਆ, ਉਹ ਲੋਕਾਂ ਦੀ ਪਬਲਿਕ ਅਵੇਅਰਨੈਸ ਹੋਣੀ ਚਾਹੀਦੀ ਆ ਕਿ ਉਹਨਾਂ ਨੂੰ ਕਿਸ ਚੀਜ਼ ਤੇ ਭਰੋਸਾ ਕਰਨ, ਕਿਸ ਤੇ ਨਾ ਕਰਨ, ਉਹਦਾ ਉਹਨੀ ਨੌਲੇਜ ਹੋਵੇ ਕਿ ਰਿਸਰਚ ਕੀ ਹੁੰਦੀ ਆ, ਮੈਡੀਕਲ ਸਾਇੰਸ ਕੀ ਹੁੰਦੀ ਆ। ਅੱਜ ਆਪਾਂ ਗਊਮੂਤਰ ਦੀ ਗੱਲ ਕਰ ਰਹੇ ਹਾਂ, ਇੱਥੇ ਇੰਡੀਆ ਦੇ ਵਿੱਚ ਨੋਰਮਲ ਮੈਡੀਕਲ ਸਾਇੰਸ ਨੂੰ ਕੰਪੇਅਰ ਕੀਤਾ ਜਾਂਦਾ ਹੈ ਆਯੁਰਵੈਦਿਕ ਨਾਲ, ਕੰਪੇਅਰ ਕੀਤਾ ਜਾਂਦਾ ਹੈ ਨੈਚੁਰੋਪੈਥੀ ਨਾਲ, ਕੰਪੇਅਰ ਕੀਤਾ ਜਾਂਦਾ ਹੈ ਨਿਊਟ੍ਰੀਸ਼ਨਿਸਟ ਨਾਲ, ਤੇ ਇੱਕ ਦੂਜੇ ਨੂੰ ਲੋਕੀ ਚੰਗਾ ਮਾੜਾ ਕਹਿੰਦੇ ਨੇ। ਇਹ ਡਾਕਟਰਾਂ ਦੀ ਗੱਲ ਹੁੰਦੀ ਆ, ਡਾਕਟਰ ਇੱਕ ਦੂਜੇ ਨੂੰ ਕਹਿੰਦੇ ਨੇ ਕਿ ਉਹਨਾਂ ਨੂੰ ਕੁਛ ਨਹੀਂ ਆਉਂਦਾ, ਕੋਰੋਨਾ ਦਾ ਇਲਾਜ ਐਲੋਪੈਥੀ ਵਿੱਚ ਹੈ ਹੀ ਨਹੀਂ, ਆਰਥਰਾਈਟਿਸ ਦਾ ਇਲਾਜ ਐਲੋਪੈਥੀ 'ਚ ਹੈ ਹੀ ਨਹੀਂ, ਕਈ ਸਾਰੀ ਬਿਮਾਰੀਆਂ ਦਾ ਕੁਛ ਨਹੀਂ ਹੋ ਸਕਦਾ, ਸਾਡੇ ਕੋਲ ਇਲਾਜ ਹੈਗਾ ਹੈ, ਸਾਡੇ ਕੋਲ ਆਓ, ਭਾਵੇਂ ਤੁਸੀਂ ਕੋਰੋਨਾ ਕਹਿ ਲਓ, ਭਾਵੇਂ ਤੁਸੀਂ ਕੋਈ ਸੈਕਸ਼ੂਅਲ ਪ੍ਰੋਬਲਮ ਕਹਿ ਲਓ, ਭਾਵੇਂ ਤੁਸੀਂ ਕੁਛ ਵੀ ਕਹਿ ਲਓ। ਇੰਡੀਆ ਦੇ ਵਿੱਚ ਇੱਕ ਦੂਜੇ 'ਤੇ ਉਂਗਲੀ ਪਾ ਕੇ ਦੂਜੇ ਪੇਸ਼ੈਂਟਸ ਨੂੰ ਆਪਣੇ ਵੱਲ ਖਿੱਚਣਾ, ਨੋਰਮਲ ਜਨਤਾ ਨੂੰ ਠੱਗਣਾ, ਇੱਕ ਆਪਣੇ ਇੰਡੀਵਿਜੁਅਲ ਲੈਵਲ 'ਤੇ ਵੀ ਲੋਕੀ ਕਰ ਰਹੇ ਨੇ ਤੇ ਆਰਗਨਾਈਜੇਸ਼ਨਲ ਲੈਵਲ 'ਤੇ ਵੀ ਲੋਕੀ ਕਰ ਰਹੇ ਨੇ, ਤੇ ਇਹ ਚੀਜ਼ ਬਹੁਤ ਗਲਤ ਹੈ। ਹਰ ਨੌਲੇਜੇਬਲ ਪਰਸਨ, ਹਰ ਐਜੂਕੇਟਿਡ ਪਰਸਨ, ਜਿਹੜਾ ਪੜ੍ਹਿਆ ਲਿਖਿਆ ਹੈ, ਜਿਹਨੂੰ ਉਸ ਚੀਜ਼ ਦਾ ਨੌਲੇਜ ਹੈ, ਉਹਨੂੰ ਅਕਲ ਹੈ, ਉਹ ਇਸ ਚੀਜ਼ ਤੋਂ ਬਿਲਕੁਲ ਬਿਲਕੁਲ ਇਹਦੇ ਵਿੱਚ ਉਹ ਅਗਰੀ ਕਰੂੰਗਾ ਕਿ ਵੀ ਇਹ ਗਲਤ ਹੈ। ਤੇ ਉਹਨਾਂ ਨੂੰ ਜਿਹੜੇ ਇਹਦੇ ਵਿੱਚ ਇਨਵੋਲਵ ਹੋ ਜਾਂਦੇ ਨੇ, ਜਿਹੜੇ ਬਿਲੀਵ ਕਰ ਲੈਂਦੇ ਨੇ, ਜਿਹੜੇ ਇਹੋ ਜਿਹੇ ਨੁਸਖੇ ਹੈ, ਇੰਡੀਆ ਦੇ ਵਿੱਚ ਮੱਛਲੀ ਖਿਲਾ ਕੇ ਅਸਥਮਾ ਠੀਕ ਕਰਦੇ ਆ, ਇੰਡੀਆ ਦੇ ਵਿੱਚ ਸਰ ਤੇ ਨਾਰੀਅਲ ਫੋੜ ਕੇ ਚੀਜ਼ ਠੀਕ ਕਰਦੇ ਆ, ਉਹ ਆਪਣੀ ਬਿਲੀਫ ਨਾਲ, ਪਲਾਸੀਬੋ ਇਫੈਕਟ ਨਾਲ। ਕਈ ਵਾਰੀ ਪਲਾਸੀਬੋ ਇਫੈਕਟ ਉਹਨਾਂ ਨੂੰ ਥੋੜਾ ਬਹੁਤ ਰਿਲੀਫ ਦਵਾ ਵੀ ਦਿੰਦਾ ਹੈ, ਕਈ ਵਾਰੀ ਰਾਖ ਖਿਲਾਈ ਜਾਂਦੀ ਆ ਲੋਕਾਂ ਨੂੰ, ਤੇ ਅੱਜ ਵੀ ਹੋ ਰਿਹਾ। ਤੇ ਇਹਨਾਂ ਸਾਰੀ ਗੱਲਾਂ ਨੂੰ ਜਦੋਂ ਅਸੀਂ, ਕਿਉਂਕਿ ਅਸੀਂ ਇੱਥੇ ਬੈਠੇ ਹਾਂ ਐਟ ਦਾ ਸੈਂਟਰ, ਅਸੀਂ ਪੇਸ਼ੈਂਟ ਸਾਡੇ ਕੋਲ ਆਉਂਦੇ ਆ, ਪੇਸ਼ੈਂਟ ਸਾਨੂੰ ਦੱਸਦੇ ਆ ਕਿ ਅਸੀਂ ਦੇਸੀ ਦਵਾਈ ਲਈ ਸੀ, ਕਿ ਅਸੀਂ ਫਲਾਨਾ ਚੀਜ਼ ਲਈ ਆ, ਤਾਂ ਸਾਨੂੰ ਪਤਾ ਲੱਗਦਾ ਹੈ ਕਿ ਇੰਡੀਆ ਦਾ ਕੀ ਹਾਲ ਹੈ, ਤੇ ਲੋਕਾਂ ਨੂੰ ਅਸੀਂ ਕੋਸ਼ਿਸ਼ ਕਰਦੇ ਹਾਂ ਅਵੇਅਰ ਕਰਨ ਦੀ। ਤੇ ਜੀ ਹਾਂ, ਗਊਮੂਤਰ ਇੱਕ ਪ੍ਰੋਬਲਮ ਹੈ ਕਿ ਗਊਮੂਤਰ ਨੂੰ ਹਲੇ ਪ੍ਰੂਵ ਨਹੀਂ ਕੀਤਾ ਗਿਆ ਕਿ ਉਹਦਾ ਕਿਸ ਤਰ੍ਹਾਂ ਇਸਤੇਮਾਲ ਕਰਨਾ ਚਾਹੀਦਾ ਹੈ, ਤੇ ਹੋ ਸਕਦਾ ਹੈ ਅੱਗੇ, ਅੱਜ ਤੋਂ ਕੋਈ 50 ਸਾਲ 500 ਸਾਲ ਬਾਅਦ ਹੋ ਸਕਦਾ ਹੈ ਗਊਮੂਤਰ ਵਿੱਚੋਂ ਕੋਈ ਮੈਡੀਸਨਲ ਕੁਆਲਿਟੀ ਕਿਸੇ ਬਿਮਾਰੀ ਨੂੰ ਠੀਕ ਕਰਨ ਵਿੱਚ ਇਸਤੇਮਾਲ ਹੋਵੇ। ਪਰ ਅੱਜ ਲੋਕਾਂ ਨੂੰ ਇਸ ਤਰ੍ਹਾਂ ਗਲਤ ਭਰੋਸਾ ਦਿਲਾਉਣਾ, ਲੋਕਾਂ ਨੂੰ ਮੇਨ ਲਾਈਨ ਟ੍ਰੀਟਮੈਂਟ ਤੋਂ ਭਟਕਾਉਣਾ, ਲੋਕਾਂ ਨੂੰ ਮੈਡੀਕਲ ਸਾਇੰਸ ਜਿਹੜਾ ਐਕਚੁਅਲੀ ਉਹਨਾਂ ਦੀ ਜਾਨ ਬਚਾ ਸਕਦਾ ਹੈ, ਉਸ ਤੋਂ ਵੱਖ ਕਰਨ ਦੀ ਕੋਸ਼ਿਸ਼ ਕਰਨਾ, ਇਹ ਗਲਤ ਹੈ। ਤੇ ਇਹ ਕੰਮ ਆਰਗਨਾਈਜੇਸ਼ਨ ਵੀ ਕਰ ਰਹੀ ਹੈ ਤੇ ਇੰਡੀਵਿਜੁਅਲਸ ਵੀ। ਹਾਂਜੀ ਡਾਕਟਰ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਬੜੀ ਅਹਿਮ ਗੱਲਬਾਤ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਸਮਾਂ ਮਿਲਿਆ ਤੇ ਮੈਂ ਤੁਹਾਡੇ ਨਾਲ ਫਿਰ ਜ਼ਰੂਰ ਗੱਲਬਾਤ ਕਰਾਂਗਾ ਕਿਸੇ ਵੇਲੇ, ਕਿਉਂਕਿ ਤੁਸੀਂ ਇਸ ਵੇਲੇ ਹੁਣ ਡਿਊਟੀ ਵੀ ਹੋ ਤੇ ਨਾਲ ਦੇ ਨਾਲ ਤੁਹਾਡਾ ਕੁੱਝ ਅੱਗੇ ਵੀ ਕਮਿਟਮੈਂਟ ਨੇ, ਮੈਂ ਦੇਣੀ ਆ ਤੁਸੀਂ ਸਮਾਂ ਕਰਕੇ ਬਹੁਤ ਅਹਿਮ ਜਾਣਕਾਰੀ ਦਿੱਤੀ ਹੈ।
ਮੈਂ ਸਰੋਤਿਆਂ ਜਾਣਕਾਰੀ ਦੱਸਦੀ ਹਾਂ ਕਿ ਡਾਕਟਰ ਦੀਆਂ ਸੈਂਕੜੇ ਹੀ ਯੂਟਿਊਬ ਨੇ, ਬਕਾਇਦਾ ਯੂਟਿਊਬ ਚੈਨਲ ਹੈ ਡਾਕਟਰ ਐਜੂਕੇਸ਼ਨ ਸਿੰਪਲੀਫਾਈਡ ਮੈਡੀਕਲ ਐਕਸਪੈਕਟੇਸ਼ਨ। ਇੱਥੇ ਜਾ ਕੇ ਤੁਸੀਂ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਤੇ ਡਾਕਟਰ ਦਾ ਜੇ ਕੋਈ ਸਵਾਲ ਹੋਇਆ ਜੇ ਡਾਕਟਰ ਨਾਲ ਕੋਈ ਗੱਲਬਾਤ ਕਰਨੀ ਹੋਈ ਤੇ ਡਾਕਟਰ ਦਾ ਜਿਹੜਾ ਨੰਬਰ ਹੈ ਉਹ ਤੁਹਾਨੂੰ ਮੈਂ ਤੁਹਾਡੀ ਡਾਕਟਰ ਜੇ ਇਜਾਜ਼ਤ ਹੋਵੇ ਤਾਂ ਤੁਹਾਡਾ ਨੰਬਰ ਦੇ ਸਕਦਾ ਜਾਂ ਤੁਸੀਂ ਆਪ ਦੱਸ ਸਕਦੇ ਹੋ। ਜੀ ਜੀ ਜੀ, ਸਾਡੇ ਤਿੰਨ ਚੈਨਲ ਨੇ ਯੂਟਿਊਬ ਦੇ ਵਿੱਚ। ਸਾਡਾ ਇੱਕ ਚੈਨਲ ਹੈ ਡਾਕਟਰ ਐਜੂਕੇਸ਼ਨ ਸਿੰਪਲੀਫਾਈਡ ਮੈਡੀਕਲ ਐਕਸਪਲੇਨੇਸ਼ਨ, ਜਿਹਦੇ ਵਿੱਚ ਅਸੀਂ ਹਰ ਬਿਮਾਰੀ ਦਾ ਕਾਰਨ ਕਿਉਂ ਹੁੰਦੀ ਹੈ ਬਿਮਾਰੀ ਤੇ ਤੁਸੀਂ ਕਿੱਦਾਂ ਠੀਕ ਹੋ ਸਕਦੇ ਹੋ ਉਹ ਸਮਝਾਉਂਦੇ ਆ। ਦੂਜਾ ਚੈਨਲ ਹੈ ਫਿਟਨੈਸ ਐਂਡ ਨਿਊਟ੍ਰੀਸ਼ਨ ਬਾਈ ਡਾਕਟਰ ਐਜੂਕੇਸ਼ਨ, ਉਹਦੇ ਵਿੱਚ ਤੁਹਾਨੂੰ ਬਾਡੀ ਨੂੰ ਕਿੱਦਾਂ ਫਿਟ ਰੱਖਣਾ ਹੈ, ਐਕਸਰਸਾਈਜ਼ ਦਾ ਬੇਸਿਕ, ਡਾਇਟ ਦਾ ਬੇਸਿਕ ਸਮਝਾਉਂਦੇ ਹਾਂ। ਤੇ ਤੀਜਾ ਚੈਨਲ ਹੈ ਸਾਡਾ ਐਫਏਕਿਊਸ ਫ੍ਰੀਕੁਐਂਟਲੀ ਆਸਕਡ ਕੁਐਸਚਨਸ ਬਾਈ ਡਾਕਟਰ ਐਜੂਕੇਸ਼ਨ, ਉਹਦੇ ਵਿੱਚ ਜਿਹੜੇ ਬਹੁਤ ਜ਼ਿਆਦਾ ਰੈਗੂਲਰ ਸਵਾਲ ਆਉਂਦੇ ਨੇ ਉਹਦੇ ਲਈ ਛੋਟੇ ਵੀਡੀਓ ਸ਼ਾਰਟ ਵੀਡੀਓ ਅਸੀਂ ਪਾਉਂਦੇ ਹਾਂ। ਤੇ ਸਾਡੇ ਤਿੰਨਾਂ ਵੀਡੀਓ ਦੇ ਵਿੱਚ ਜਿਹਨਾਂ ਲੋਕਾਂ ਨੂੰ ਸਾਡੇ ਵੱਲ ਕੰਟੈਕਟ ਕਰਨਾ ਹੋਵੇ, ਕੋਈ ਸਵਾਲ ਹੋਵੇ, ਕੰਸਲਟ ਕਰਨਾ ਹੋਵੇ, ਐਡਵਾਈਸ ਲੈਣੀ ਹੋਵੇ, ਸਲਾਹ ਲੈਣੀ ਹੋਵੇ, ਉਹਦੇ ਲਈ ਇੱਕ ਵਟਸਐਪ ਨੰਬਰ ਰੱਖਿਆ ਹੋਇਆ ਜਿਹੜਾ ਤੁਸੀਂ ਨੋਟ ਕਰ ਸਕਦੇ ਹੋ 7827570775। ਇਸ ਨੰਬਰ ਤੇ ਵਟਸਐਪ ਕਰਕੇ ਤੁਸੀਂ ਸਾਡੇ ਕੋਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਥੈਂਕ ਯੂ ਸੋ ਮਚ ਫੋਰ ਹੈਵਿੰਗ ਮੀ।